पूरे इंडिया दे विच इहदे नाल दे सिर्फ 3 ही ट्रैक्टर है सज्जनों। ये रोल्स राय कारां जिहड़ियां दुनिया दीआं महंगीआं कारां है उन्हां दा चाचा ताया कह लो, जां उदों वी वड्डे थां वड वड़े रही है इह उन्हां दा। इहदी शेप इस तरह बनी है वी इह भावें सारा पनडुब्बी वांगू ना पाणी दे विच डुब जाए तां फिर भी चलदा ही रहूगा। हाँ जी, सत श्री अकाल जी सारिआं नूं। पहली गल तां इह ਵੀ ਕੀ ਤੁਸੀਂ ਇਹ ਟਰੈਕਟਰ ਦੇਖਿਆ? ਫੈਂਡਟ ਹੀ ਫੈਂਡਟ ਜੀ ਫੈਂਡਟ ਫੈਂਡਟ ਮੈਨੂੰ ਤਾਂ ਇਹ ਨਾਂ ਹੀ ਨਹੀਂ ਲੈਣਾ ਹੋਇਆ। ਲਾ ਲਓ ਹਿਸਾਬ ਵੀ ਤੁਸੀਂ ਇਸ ਵਕਤ ਫੇਵਰੇਟ ਫੈਂਡਟ ਫੇਵਰੇਟ 610 LS ਜੀ। ਤੇ ਇਸ ਵਕਤ ਅਸੀਂ ਸਰਦਾਰ ਅਵਤਾਰ ਸਿੰਘ ਸੰਧੂ ਸਾਹਿਬ ਕੋਲੇ ਆ, ਪਿੰਡ ਮਾਲੜੀ ਨੇੜੇ ਨਕੋਦਰ। ਤੇ ਦੱਸਿਆ ਜਾਂਦਾ ਵੀ ਕਹਿੰਦੇ ਇੰਡੀਆ ਦੇ ਵਿੱਚ ਸਾਰੇ ਹੀ 3 ਟਰੈਕਟਰ ਆ, ਕਿਉਂ ਭਾਈ ਇਦਾਂ ਹੀ ਆ ਗੱਲ? ਜੀ ਜੀ ਜੀ, ਮੇਰੇ ਨੌਲੇਜ ਦੇ ਵਿੱਚ ਸਾਰੇ 3 ਟਰੈਕਟਰ ਆ। 3 ਹੀ ਟਰੈਕਟਰ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਮਿਹਰਬਾਨੀ ਜੀ। ਗੱਲ ਇਉਂ ਆ ਵੀ ਐਡਾ ਵੱਡਾ ਟਰੈਕਟਰ ਲਿਆਂਦਾ ਕਿੱਥੋਂ ਇਹ? ਇਹ ਜੀ ਇਹਦੇ ਮਗਰ ਬਹੁਤ ਲੰਮੀ ਸਟੋਰੀ ਆ, ਬਹੁਤ ਵੱਡੀ ਘਾਲਣਾ ਆ ਜੀ। ਮੇਰੇ ਇੱਕ ਦੋਸਤ ਆ ਹਰਿਆਣੇ ਦੇ ਵਿੱਚ, ਤੇ ਉਹਨਾਂ ਨੇ ਇਹ ਟਰੈਕਟਰ ਲੱਭਿਆ ਜੀ ਮਹਾਰਾਸ਼ਟਰ ਦੇ ਵਿੱਚੋਂ ਜੀ। ਔਰ ਇਹ ਟਰੈਕਟਰ ਦਾ ਵੀ ਤੁਹਾਡੇ ਜਿੱਦਾਂ ਅੱਗੇ ਤੁਸੀਂ ਕਹਿੰਦੇ ਉਹਨੇ ਵੀ ਬੱਕਰੀਆਂ ਤੇ ਮੱਝਾਂ ਬੰਨੀਆਂ ਹੋਈਆਂ ਸੀ, ਤੇ ਇਹ ਟਰੈਕਟਰ ਨੂੰ ਉੱਥੋਂ ਅਸੀਂ ਉਹਨਾਂ ਨੇ ਖਰੀਦਿਆ, ਤੇ ਅਮਿਤ ਜੀ ਨੇ ਉਹਨਾਂ ਨੇ ਖਰੀਦਿਆ, ਤੇ ਖਰੀਦ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਆਹ ਟਰੈਕਟਰ ਤੁਹਾਡੀ ਕਲੈਕਸ਼ਨ 'ਚ ਰੱਖਣ ਵਾਲਾ, ਤੇ ਮੈਂ ਉਹਨਾਂ ਤੋਂ ਫਿਰ ਲਿਆ ਲੈ ਕੇ। ਤਾਂ ਸਾਨੂੰ ਇਹਨੂੰ ਮੰਗਵਾਉਣ ਦੇ ਵਿੱਚ ਹੀ 8 ਮਹੀਨੇ ਲੱਗ ਗਏ, ਉੱਧਰੋਂ ਲੋਕਡਾਊਨ ਹੋ ਗਿਆ ਜੀ, ਤੇ ਉੱਧਰੋਂ ਅਸੀਂ ਪੈਸੇ ਭੇਜਤੇ ਉਹਨਾਂ ਨੂੰ, ਤਾਂ ਉਹ ਕਰੀ ਜਾਣ ਵੀ ਅਸੀਂ ਆਹ ਪੇਪਰ ਬਣਾਉਂਦੇ, ਅਸੀਂ ਆਹ ਬਣਾਉਂਦੇ ਹਾਂ, ਪਰ ਸਾਨੂੰ ਇਹ ਲੱਗੇ ਵੀ ਇੰਨਾ ਸੋਹਣਾ ਟਰੈਕਟਰ ਆ ਵੀ ਸਾਨੂੰ ਸ਼ਾਇਦ ਮਿਲੇ ਕਿ ਨਾ ਮਿਲੇ। ਪਰ ਉਹ ਬੰਦੇ ਬਹੁਤ ਚੰਗੇ ਸੀ, ਉਹਨਾਂ ਨੇ ਟਰੈਕਟਰ ਟਰੱਕ 'ਚ ਪਾ ਕੇ ਤੇ ਭੇਜਤਾ ਜੀ ਜੀ। ਤੇ ਇਹ ਕੰਪਨੀ ਕਿਹੜੀ ਆ ਅਸਲ 'ਚ ਇਹ? ਇਹ ਐਕਚੁਅਲੀ ਰੋਜ਼ ਰੋਇਸ ਕਾਰਾਂ ਬਣਾਉਂਦੇ ਆ ਜੀ, ਇਹ ਉਹਨਾਂ ਦੀ ਕੰਪਨੀ ਆ, ਫੈਂਡਟ ਓਨ ਕਰਦੇ, ਰੋਜ਼ ਰੋਇਸ ਕਾਰਾਂ ਵਾਲੇ ਇਹਨਾਂ ਟਰੈਕਟਰਾਂ ਨੂੰ ਓਨ ਕਰਦੇ ਆ। ਅੱਛਾ, ਉਹ ਬਣਾਉਂਦੇ, ਮਤਲਬ ਕਿ ਇਹਦਾ ਜਨਮਦਾਤਾ ਦੇਸ਼ ਕਿਹੜਾ ਹੋ ਸਕਦਾ? ਜਰਮਨ ਆ ਜੀ। ਜਰਮਨ ਦਾ ਮਤਲਬ ਜਰਮਨ ਦਾ ਰੋਇਸ ਰੋਇਸ ਕਾਰਾਂ ਦੀ, ਮਤਲਬ ਇਹਦੇ ਘਰਾਂ 'ਚ ਇਹਦੇ ਪੁਰਖੇ ਨੇ? ਪੁਰਖੇ ਆ, ਇਹ ਪੁਰਖਾ ਉਹਨਾਂ ਦਾ ਜੀ, ਇਹ ਪੁਰਖਾ ਉਹਨਾਂ ਦਾ, ਇਹ ਪੁਰਖਾ ਉਹਨਾਂ ਦਾ ਜੀ। ਇਹ ਮਾਡਲ ਕਿਹੜਾ ਵੀਰ ਜੀ ਇਹ? ਇਹ ਮਾਡਲ 1984 ਆ ਜੀ ਜੀ, ਤੇ ਪਰ ਇਹ ਅਜੇ ਵੀ ਆ ਰਹੇ ਆ ਟਰੈਕਟਰ, ਇਹ ਮਾਡਲ ਨਹੀਂ ਆ ਰਹੇ, ਇਹਨਾਂ ਦੇ ਬਹੁਤ ਵੱਡੇ ਮਾਡਲ 400-500 ਹਾਰਸ ਪਾਵਰ ਦੇ ਫੈਂਡਟ ਆ ਰਹੇ ਆ, ਬਾਹਰ ਚੱਲ ਰਹੇ ਜੀ, ਬਾਹਰਲੀ ਆਪਣੇ ਇੰਡੀਆ 'ਚ ਆਉਂਦੇ, ਇੰਡੀਆ 'ਚ ਨਹੀਂ ਆਉਂਦੇ ਜੀ। ਤੇ ਵੱਡੀ ਗੱਲ ਆ ਵੀ ਇੰਡੀਆ 'ਚ 3 ਆ, ਤੇ ਆਪਣੇ ਪੰਜਾਬ 'ਚ ਇੱਕ ਹੈਗਾ ਭਾਈ, ਇੱਕ ਪੰਜਾਬ 'ਚ ਹੈਗਾ, ਇੱਕ ਹਰਿਆਣੇ 'ਚ ਹੈਗਾ, ਇੱਕ ਹੈਗਾ ਵਾ। ਤੇ ਗੱਲ ਇਹ ਵੀ ਕਿੰਨੀ ਹਾਰਸ ਪਾਵਰ ਆ ਜੀ ਇਹ? ਇਹ ਜੀ 100 HP ਦਾ ਜੀ। 100 HP ਦੇ ਸਿਲੰਡਰ ਕਿੰਨੇ ਆ? ਸਿਲੰਡਰ 6 ਆ ਜੀ। 6 ਸਿਲੰਡਰ, ਬਈ ਤਾਂ ਹਾਲੀ ਬਹੁਤ ਖਿੱਚਦਾ ਹੋਊਗਾ। ਤੇ 62-63 ਕੁਇੰਟਲ ਭਾਰ ਆ ਇਹਦਾ, 62-63 ਕੁਇੰਟਲ, 3 ਟਰੈਕਟਰਾਂ ਦਾ ਭਾਰ ਆ ਇਹਦੇ 'ਚ ਇਕੱਲੇ 'ਚ। ਮਤਲਬ 3 ਟਰੈਕਟਰ ਇੱਕ ਪਾਸੇ ਤੇ ਇਕੱਲਾ? ਇਕੱਲਾ ਇੱਕ ਪਾਸੇ, ਜਿਵੇਂ ਵੇਲ ਮੱਛੀ ਇੱਕ ਪਾਸੇ ਤੇ 30 ਹਾਥੀ ਇੱਕ ਪਾਸੇ, 30 ਇੱਕ ਪਾਸੇ, ਵਾਕਈ ਸਹੀ ਗੱਲ ਹੈ। ਤੇ ਹਾਲ ਇਹ 15 ਵੈਸੇ ਖਿੱਚਦਾ, ਤੇ ਪਰ ਤੁਸੀਂ ਪਾਉਣ ਨੂੰ 17 ਪਾ ਲਓ, ਇਹ ਤਾਂ ਫਿਰ ਸਪੈਸ਼ਲ ਕਹਿ ਕੇ ਬਣਵਾਉਣੇ ਪੈਣਗੇ ਕਿਸੇ ਤੋਂ ਭਾਈ, ਇਹਦੇ ਜਿੰਨੇ ਮਰਜ਼ੀ ਬਣਾ ਦੇ ਪਾ ਦੇ ਮਗਰ ਭਾਵੇਂ। ਉਹ ਵੀ ਤੁਹਾਨੂੰ ਦਿਖਾਉਣੇ ਜੀ, ਹਾਲ ਵੀ ਬਹੁਤ ਵੱਡੇ ਵੱਡੇ ਪਏ ਆਪਣੇ ਕੋਲ। ਅੱਛਾ, ਉਹ ਵੀ ਪਏ ਨੇ ਜੀ। ਤੇ ਵੱਡੀ ਕਰ, ਇਹ 4x4 ਹੁੰਦਾ ਸੀ ਜਾਂ ਕਿਵੇਂ? ਇਹਨੇ 2-wheel 'ਚ ਆਇਆ ਜੀ, 2-wheel 'ਚ ਆਇਆ। ਤੇ ਮੈਂ ਕਿਹਾ ਵੱਖਰੀ ਬੜੀ ਚੀਜ਼ ਇਹ, ਇਹ ਜਿਹੜੀ ਆ ਇਹਦੇ ਮੱਡਗਾਰਡ ਲੱਗਦੇ ਆ ਜੀ, ਇਹਦੇ ਉੱਤੇ ਮੱਡਗਾਰਡ ਲੱਗਣ ਲਈ ਪ੍ਰੋਪਰ ਉਹਨਾਂ ਨੇ ਪਹਿਲਾਂ ਬਣਾਇਆ ਹੋਇਆ ਵੀ, ਜੇ ਕਿਸੇ ਨੇ ਮੱਡਗਾਰਡ ਲਾਉਣੇ ਤਾਂ ਸਿਰਫ ਇੱਕ ਪੱਤੀ ਕੱਸੇ ਜੀ, ਮੋਹਰੇ ਮੱਡਗਾਰਡ ਲੱਗ ਜਾਣ। ਤੇ ਰੰਗ ਕਰਾਇਆ ਮੈਂ ਕਿਹਾ ਕਿੱਥੋਂ ਲਿਖਿਆ? ਮਾਲਵਾ ਟਰੈਕਟਰ ਵਰਕਸ ਤੋਂ ਕਰਾਇਆ ਜੀ। ਠੀਕ ਆ, ਮਾਲਵਾ ਵਾਲਿਆਂ ਨੇ ਤਿਆਰ ਕੀਤਾ ਹਨਾ, ਮਤਲਬ ਕਹਿ ਸਕਦੇ ਆ। ਬਹੁਤ ਵੱਡੇ ਆਕਾਰ ਦਾ ਹਰਨੇਕ, ਮਾੜਾ ਜਿਹਾ ਦਿਖਾ ਤਾਂ ਸਹੀ ਵੀ ਇੱਥੋਂ। ਤੇ ਆਹ ਕੀ ਹੈ ਵੀ ਇਧਰਲੇ ਪਾਸੇ? ਇਹਦਾ 에ਅਰ ਕਲੀਨਰ ਆ ਜੀ। 에ਅਰ ਕਲੀਨਰ ਹੋ ਗਿਆ, ਉਹ ਪਰਲਾ ਇਹਦਾ ਸਲੈਂਸਰ ਆ। ਇਹਦੀ ਖਾਸੀਅਤ ਇਹ ਸੀ ਵੀ ਇਹ ਜਿੰਨਾ ਮਰਜ਼ੀ ਪਾਣੀ 'ਚ ਡੁੱਬ ਜਵੇ ਇਹ ਟਰੈਕਟਰ ਬੰਦ ਨਹੀਂ ਸੀ ਹੁੰਦਾ, ਇਹਦਾ ਤਾਂ ਹੀ ਇੰਨਾ ਉੱਚਾ 에ਅਰ ਕਲੀਨਰ ਤੇ ਇਹਦਾ ਸਲੈਂਸਰ ਇੰਨਾ ਉੱਚਾ ਤਾਂ ਰੱਖਿਆ। ਉਹ ਪੱਠੇ ਦੀ ਚਿਮਨੀਆਂ ਕੋ ਬਾਹਰ ਹੀ ਕੱਢਦੇ ਜੀ ਜੀ ਜੀ। ਖਾਸੀਅਤ ਤੁਸੀਂ ਦੇਖੋ ਵੀ ਇਹਦੀ ਚਿੜੀ ਵੀ ਨਾਲ ਦੀ ਆ, ਇੰਨਾ ਓਰੀਜਨਲ ਟਰੈਕਟਰ ਸੀ ਜਿਹੜੀ ਉਹ ਉੱਪਰ ਸਲੈਂਸਰ ਤੇ ਚਿੜੀ ਆ ਜੀ, ਉਹ ਵੀ ਇਹਦੇ ਨਾਲ ਦੀ ਆ ਜੀ। ਮਤਲਬ ਪਾਣੀ ਜਿੱਥੋਂ ਇੱਥੋਂ ਤੱਕ ਪਹੁੰਚ ਜੇ ਪਰਵਾਹ ਨਹੀਂ ਮੰਦਾ? ਕੋਈ ਪਰਵਾਹ ਨਹੀਂ ਜੀ, ਰੋਇਸ ਰਾਏ ਵਾਲਿਆਂ ਦਾ ਨਾ, ਜਰਮਨ ਦਾ ਫਿਰ। ਤੇ ਮੜਾ ਜਿਹਾ ਗੇਰਾਂ ਬਾਰੇ ਵੀ ਦੱਸੋ, ਆਹ 35 ਜੀ ਪਾਸੇ ਦੇ ਗੇਰ ਆ ਕਹਿੰਦੇ ਆ, ਇਹ ਬਸ ਆ ਤੁਸੀਂ ਦੇਖੋ ਵੀ ਹਾਈਡ੍ਰੋਲਿਕ ਗੇਰ ਆ, ਬੜੇ ਈਜ਼ੀ ਗੇਰ ਆ। ਇਹਦੀ ਨੌਬਾਂ ਸਾਨੂੰ ਅਜੇ ਮਿਲੀਆਂ ਨਹੀਂਗੀਆਂ ਜੀ, ਨੌਬਾਂ ਆਰਡਰ ਕੀਤੀਆਂ ਹੋਈਆਂ ਉਹ ਆ, ਤੇ ਇਹਦੇ ਵਿੱਚ 6 ਫਰੰਟ ਤੇ 6 ਰਿਵਰਸ ਗੇਰ ਆ, ਤੇ 3 ਸਪੀਡ ਦੇ ਵਿੱਚ ਆ ਜੀ। ਸਾਡੇ ਵੱਡਾ ਹੈਗਾ ਕਲੀਜ ਵੀ ਹੈ ਕਲੀ ਜੀ ਜੀ। ਆਹ ਮੇਨ ਗੇਰ ਆ, ਇਹਦੇ ਵਿੱਚ ਹਾਈ ਲੋ ਐਂਡ ਰਿਵਰਸ ਤਿੰਨੇ ਆ। ਅੱਜ ਤੋਂ ਦੇਖ ਲਓ ਕਿੰਨੇ ਸਾਲ ਪਹਿਲਾਂ ਇਹ 3 ਸਪੀਡ ਆ ਗਏ ਸੀ। 3 ਸਪੀਡ ਜੀ 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 ਜੀ। ਤੇ ਆਹ ਮੈਨੂੰ ਲੱਗਦਾ ਇਹਦਾ ਕ੍ਰੀਪਰ ਗੇਰ ਆ ਜੀ, ਜਿਹਨੂੰ ਹੋਰ ਸਲੋ ਕਰਦਾ। ਆਹਾ ਹਾ ਜੀ ਜੀ ਜੀ, ਬਿਲਕੁਲ। ਤੇ ਇਧਰ ਲੋ ਆਪਾਂ ਲੈਂਥ ਦਾ ਗਣੀਏ ਤਾਂ ਸਹੀ, ਮਿਣੀਏ ਤਾਂ ਸਹੀ, ਕਿੰਨਾ ਕਾ? 1, 2, 3, 4, 5, 6, 7 ਸੱਤ ਕਦਮ ਕਹਿ ਸਕਦੇ ਹਾਂ ਨਾ ਜੀ ਜੀ ਜੀ। ਇੰਨਾ ਲੰਮਾ ਇਹ, ਇਧਰਲੇ ਪਾਸੇ ਖੜ ਜੀਏ, ਦੂਜੇ ਪਾਸੇ ਜਮਾ ਨਹੀਂ ਦੱਸਦਾ ਵੀ ਇਧਰਲੇ ਪਾਸੇ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ, ਪਰਲੇ ਪਾਸੇ ਜਮਾ ਹੀ ਪਤਾ ਨਹੀਂ ਲੱਗਦਾ, ਜਮਾ ਨਹੀਂ ਪਤਾ ਲੱਗਦਾ। ਇਧਰਲੇ ਪਾਸੇ ਆ ਜੀ ਹਰਨੇਕ, ਮਾੜਾ ਜਿਹਾ ਵੀਰ ਜੀ ਆ ਜਾਓ।
ਤੇ ਆ ਮਗਰੋਂ ਵੀ ਦੇਖ ਲਈਏ ਬਾਈ ਕਿਵੇਂ ਗੱਲਬਾਤ ਆ। ਆ ਵੀ ਬਹੁਤ ਕਰੜਾ ਕੰਮ ਆ, ਵੀ ਟੈਂਕ ਵਾਲਾ ਕੰਮ ਹੀ ਆ ਇਹ ਤਾਂ। ਜਿਨ੍ਹਾਂ ਬੰਦਿਆਂ ਨੇ ਰਿਪੇਅਰ ਕੀਤੀ ਆ ਜੀ, ਮੈਂ ਉਹਨਾਂ ਬੰਦਿਆਂ ਦਾ ਨਾਂ ਲੈਣਾ ਚਾਹੂੰਗਾ। ਜਤਨ ਦਈਆ ਸਾਡੇ ਬਹੁਤ ਗੂੜੇ ਮਿੱਤਰ ਆ ਹਰਿਆਣੇ ਚੋਂ ਜੀ, ਉਹਨਾਂ ਨੇ ਸਾਨੂੰ ਕਾਫੀ ਟਰੈਕਟਰ ਦਿੱਤੇ ਜੀ। ਮੋਸਟਲੀ ਮੇਰੇ ਜਿਹੜੇ ਦੋਸਤ ਨਾ ਹਰਿਆਣੇ ਵਾਲੇ ਆ ਜੀ, ਉਹਨਾਂ ਨੇ ਮੈਨੂੰ ਬਹੁਤ ਟਰੈਕਟਰ ਦਿੱਤੇ ਔਰ ਵਧੀਆ ਬੰਦੇ ਆ, ਮਾੜੇ ਵੀ ਹੈਗੇ ਵਿੱਚ ਪਰ ਬਹੁਤ ਵਧੀਆ ਵਧੀਆ ਵੀ। ਜਦੋਂ ਇਹ ਜਤਨ ਹੋਣਾ ਨੇ ਜੀ ਇਹਨੂੰ ਰਿਪੇਅਰ ਕੀਤਾ, ਮੈਂ ਤੁਹਾਨੂੰ ਇਹਦੀ ਟਿਊਬ ਤੇ ਮਾਰਨ ਨੂੰ ਕਹੂੰਗਾ ਕੈਮਰਾ। ਇਹਦੀ ਟਿਊਬ ਹਾਈਡਰੇ ਨਾਲ ਚੱਕਣੀ ਪੈਂਦੀ ਸੀ ਆਹ ਚੀਜ਼। ਹਾਂਜੀ, ਆਹ ਜਿਹੜੀ ਟਿਊਬ ਆ ਨਾ ਇੱਥੋਂ ਲਿੱਥਦੀ ਆ ਜੀ, ਇਹਦਾ ਭਾਰ ਹੀ ਮੇਰਾ ਖਿਆਲ ਵੀ 6-7 ਕੁਇੰਟਲ ਇਹਦਾ ਇਕੱਲੀ ਦਾ ਹੀ ਭਾਰ ਹੁੰਦਾ ਸੀ, ਤੇ ਉਹ ਵੱਡਾ ਹਾਈਡਰਾ ਲਿਆ ਕੇ ਵਿਚਾਰੇ ਮੂਵ ਕਰਦੇ ਸੀ। ਉਹ ਮੈਨੂੰ ਕਹਿਣ ਵੀ ਅਵਤਾਰ ਅਸੀਂ ਪੰਗਾ ਤਾਂ ਲੈ ਲਿਆ ਪਰ ਸਾਡੇ ਵੱਸ ਦਾ ਟਰੈਕਟਰ ਨਹੀਂ ਵੀ ਇੰਨਾ ਭਾਰਾ ਟਰੈਕਟਰ ਆ ਇਹ। ਔਰ ਹਰ ਚੀਜ਼ ਤੁਸੀਂ ਲਿੰਕਾਂ ਦੇਖੋ, ਜੈਕ ਦੇਖੋ, ਹਰ ਚੀਜ਼ ਦੇਖੋ ਕਿੰਨੀ ਇਹਦੀ ਹੈਵੀ ਡਿਊਟੀ ਆ ਰਹੀ ਆ। ਬਿਲਕੁਲ ਜਰਮਨ ਦੇਸ਼ ਮੰਨਿਆ ਗਿਆ ਨਾ, ਮੰਨਿਆ ਗਿਆ ਜੀ ਹਿਟਲਰ ਦਾ ਦੇਸ਼ ਸੀ। ਆ ਵੀ ਦੇਖੋ ਅਜੇ ਤੱਕ ਸਪਰਿੰਗ ਵੀ ਨਾਲ ਦਾ ਓਰੀਜਨਲ ਆ। ਆ ਓਰੀਜਨਲ ਨਾਲ ਦਾ, ਓਰੀਜਨਲ ਨਾਲ ਦਾ ਸਪਰਿੰਗ ਹੈ ਜੀ, 1984 ਮਾਡਲ, 1984 ਮਾਡਲ ਹੈ ਜੀ। ਵੱਡੀ ਗੱਲ ਆ ਬਈ। ਔਰ ਇੱਕ ਵੀ ਚੀਜ਼ ਅਸੀਂ ਬਾਹਰੋਂ ਲਿਆ ਕੇ ਨਹੀਂ ਲਈ, ਆ ਟਾਪ ਲਿੰਕ ਟੰਗਣ ਦੇ ਲਈ, ਆ ਟਾਪ ਲਿੰਕ ਨੂੰ ਕਰਨ ਲਈ, ਇਹ ਵੀ ਨਾਲ ਦਾ ਹੀ ਆ। ਆਹਾ ਹਾ, ਜਿਹੜੀ ਜੀ ਨਾਲ ਹੈ ਨਾ, ਨਾਲ ਹੀ ਆਈ ਹੈ ਇਹ ਜੀ ਜੀ। ਆ ਵੀ ਹੁੱਕ ਵੀ ਨਾਲ ਦੀ ਆ ਜੀ, ਸਾਰਾ ਕੁਛ ਇਹਦੇ ਨਾਲ ਦਾ ਆ। ਕੋਈ ਇੱਕ ਅਸੀਂ ਚੀਜ਼ ਮੈਂ ਬਾਹਰੋਂ ਲਿਆ ਕੇ ਨਹੀਂ ਲਈ, ਤੇ ਸਿਰਫ ਆ ਲਾਈਟਾਂ ਜਿਹੜੀਆਂ ਮੈਨੂੰ ਨਹੀਂ ਮਿਲੀਆਂ ਇਹ ਮੈਂ ਲਾਈਆਂ ਆਹ ਕੱਲੀਆਂ ਅਨਸਰਦੇ ਨੂੰ, ਬਟ ਮੋਸਟਲੀ ਚੀਜ਼ਾਂ ਇਹਦੀਆਂ ਸਾਰੀਆਂ ਬਾਹਰ ਲਈਆਂ ਜੀ। ਤੇ ਇੱਧਰ ਆਰਨੇਕ ਟਾਇਰਾਂ ਦਾ ਸਾਈਜ਼ ਕੀ ਹੈ ਜੀ ਇਹਦਾ? ਇਹਦਾ ਜੀ ਟਾਇਰਾਂ ਦਾ ਸਾਈਜ਼ ਹੈਗਾ ਜੀ 18-4-34 ਹੋਣੇ ਜੀ, 18-4-34 ਦੇ ਆ। ਹਾਂਜੀ 18-4-34 ਦੇ ਆ ਬਾਈ ਇਹ ਜੀ 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 ਬਿਲਕੁਲ। ਇੱਧਰਲੇ ਪਸਵਾਂ ਦਿਖਾਦੇ ਵੀ ਐਂ ਜੇ ਹਿਸਾਬ ਕਿਤਾਬ ਆ। ਤੇ ਇਧਰਲੇ ਆ ਸਿਲੰਡਰ ਲੱਗੇ, ਇਹ ਹੈਗਾ 6 ਸਿਲੰਡਰ ਆ ਜੀ, 6 ਸਿਲੰਡਰ ਆ ਹਨਾ, ਤੇ ਸਾਰਾ ਹੀ ਕਵਰ ਆ, ਸਾਰਾ ਕਵਰ ਆ ਜੀ, ਸਾਰਾ ਕਵਰ ਆ। ਤੇ ਮੈਂ ਚੜ ਕੇ ਤਾਂ ਦੇਖ, ਆ ਕੀ ਆ ਜੀ ਇਹਦੇ ਵਿੱਚ? ਆ ਇਹਦੇ ਵਿੱਚ ਸੈਂਸਰ ਦਾ ਪੱਟੀ ਆ ਜੀ ਜੀ, ਇਦਾਂ ਕੱਲੀ ਕੱਲੀ ਚੀਜ਼ ਇਦਾਂ ਦੇਖ ਸਕਦੇ ਹੋ, ਕਵਰ ਜਾਂਦੀ ਆ। ਦੇਖੋ ਆ, ਦੇਖੋ ਨਾਲ ਹੀ ਇਹਦੇ ਸੀਲ ਆ, ਆ ਦੇਖੋ ਨਾਲ ਹੀ ਇਹਦੇ ਲੱਗੀਆਂ ਹੋਈਆਂ ਜਿਹੜੀਆਂ ਚੀਜ਼ਾਂ, ਵੀ ਕੋਈ ਲਾ ਕੇ ਨਾ ਲੈ ਜਾਵੇ ਇਹਨੂੰ। ਹਾਂ ਵੀ ਟਾਪਾ ਹੀ ਨਾ ਭੁੱਲ ਜੇ, ਟਾਪਾ ਹੀ ਨਾ ਭੁੱਲ ਜਵੇ ਕਿਤੇ। ਹਾਂਜੀ, ਆਪਣੀ ਆਦਤ ਹੁੰਦੀ ਆ ਭੁੱਲਣ ਦੀ ਜੀ 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 ਜੀ। ਤੇ ਇੱਧਰ ਵੀ ਮੈਂ ਤਾਂ ਚੜ ਕੇ ਦੇਖਦਾ ਹਰਨੇ। ਹਾਂਜੀ ਚੜੋ ਜੀ, ਆ ਦੇਖੀ ਤਾਂ ਸਹੀ, ਮਾਊਂਟ ਐਵਰੈਸਟ ਫਤਿਹ ਕਰਨ ਦੇ ਬਰਾਬਰੀ ਗੱਲ ਮੰਨੋ ਤੁਸੀਂ ਇਹਨੂੰ। ਤੇ ਆਹ ਬਾਈ ਜੀ ਹੈਂਡ ਬ੍ਰੇਕ ਸੀ, ਕੀ ਆ? ਹੈਂਡ ਬ੍ਰੇਕ ਆ ਜੀ, ਦੇਖੋ ਤੁਸੀਂ ਅਜੇ ਕਾ ਦਿਖਾਈ, ਖਿੱਚ ਨੱਪ ਕੇ ਉਤੋਂ ਉੱਪਰੋਂ, ਨੱਪੋ ਪ੍ਰੈਸ ਹੋ ਗਈ, ਆਪਣੇ ਨੂੰ ਖਿੱਚ ਕੇ ਨੱਪੋ ਉੱਪਰੋਂ ਜੀ, ਆ ਹੋ ਗਿਆ ਨਾ, ਛੱਡ ਦਿਓ। ਆ ਹੈਂਡ ਬ੍ਰੇਕ ਖੁੱਲ ਗਈ, ਆ ਖੁੱਲ ਗਏ ਆ। ਹਾਂਜੀ, ਹੁਣ ਲਾ ਕੇ ਦੇਖੋ, ਬਜ਼ੁਰਗਾਂ ਚ ਆ ਜਾਂਦਾ, ਆਪਾਂ ਇਹਨੂੰ ਬੋਂਦੇ ਨੀ ਵਾਲਾ, ਬਸ ਇਹ ਬਜ਼ੁਰਗਾਂ ਕੋ ਆਰਾਮ ਹੀ ਕਰ ਰਿਹਾ ਜੀ, ਸੇਵਾ ਸੰਭਾਲਤੇ ਆ, ਸੇਵਾ ਸੰਭਾਲਤੇ ਆ ਜੀ। ਦੇਖੋ ਬਹੁਤ ਵੱਡਾ, ਆ ਵੀ ਕੈਬਨ ਕਮਰ ਬਹੁਤ ਸੋਹਣਾ, ਨਾਲ ਹੀ ਆਉਂਦਾ ਸੀ ਸਾਰਾ, ਨਾਲ ਹੀ ਇਹ ਨਾਲ ਹੀ ਆਇਆ ਜੀ, ਇਹਦੇ ਸਾਰਾ ਮਜ਼ਬੂਤ ਵੀ ਬਹੁਤ ਆ, ਬਾਈ ਚਾਂਸ ਕਈ ਵਾਰੀ ਹਾਦਸਾ ਵੀ ਵਾਪਰ ਜੇ, ਪੂਰਾ ਸ਼ੈਲ ਆ ਜੀ, ਕੋਈ ਵੀ ਚੀਜ਼ ਨਾਲੋਂ ਨਹੀਂ, ਇਹ ਸਾਰਾ ਇੱਥੋਂ ਚੱਕ ਹੁੰਦਾ, ਵਿੱਚੇ ਆ ਸਟੈਪ ਪੂਰੇ ਦੀ, ਪੂਰਾ ਸ਼ੈਲ ਚੱਕ ਹੁੰਦਾ, ਫੇਰ ਟਰੈਕਟਰ ਥੱਲੇੋਂ ਦਿਸਦਾ, ਫੇਰ ਇੱਥੇ ਤੱਕ ਇਹ ਪੂਰਾ ਵਿੱਚੇ ਸਟੀਅਰਿੰਗ, ਇੱਥੋਂ ਤੱਕ ਪੂਰਾ ਵਿੱਚੇ ਸਟੀਅਰਿੰਗ, ਪੂਰਾ ਸ਼ੈਲ ਚੱਕ ਹੁੰਦਾ ਇਹਦਾ। ਮਤਲਬ ਵੀ ਪੂਰਾ ਕਵਰ ਬਣਾਇਆ ਵੀ ਕਿਸੇ ਕਿਸਮ ਦਾ ਕੋਈ ਬਾਹਰੀ ਹਮਲਾ ਵੀ ਹੋਵੇ ਤਾਂ ਨੁਕਸਾਨ ਨਾ ਹੋਵੇ, ਨੁਕਸਾਨ ਨਾ ਹੋਵੇ। ਇਹ ਮੈਂ ਦੇਖਿਆ ਇਹਦਾ, ਆ ਜੇ ਮਜ਼ਬੂਤ ਇੰਨੀ ਚੀਜ਼ ਆ ਵੀ ਕਈ ਵਾਰੀ ਹੈਪਨ ਵਾਪ ਹੋ ਜਾਂਦਾ ਵੀ ਪਲਟ ਜਾਂਦਾ, ਰੋਲਿੰਗ ਬਾਰ ਆ, ਯਾਨੀ ਕਿ ਕਿਤੇ ਪਲਟ ਵੀ ਜਾਵੇ ਤਾਂ ਬੰਦੇ ਨੂੰ ਕੁਝ ਨਹੀਂ ਹੁੰਦਾ ਜੀ, ਬੰਦਾ ਸੇਫ ਰਹਿੰਦਾ। ਚਾਹੀਦਾ ਵੀ ਇਹੋ ਜਿਹੀਆਂ ਸਹੂਲਤਾਂ ਜ਼ਰੂਰੀ ਵੀ ਆ। ਵੀਲ ਦੇਖੋ ਇਹਦਾ, ਹਵਾ ਵਾਸਤੇ ਦੇਖੋ ਕਿੰਨਾ ਵਧੀਆ ਵੀਲ, ਕਲਚ ਪਲੇਟ ਲਈ ਹਵਾ ਲਈ ਬਣਾਇਆ ਹੋਇਆ। ਆ ਦੇਖੋ ਇੱਥੋਂ ਹਵਾ ਪੈਣ, ਹਵਾ ਪੈਣ ਲਈ ਦਿੱਤਾ ਹੋਇਆ, ਮਤਲਬ ਵੀ ਕਿਸੇ ਕਿਸਮ ਦਾ ਹੀਟ ਨਾ ਹੋਵੇ ਜਾਂ ਹੋਰ ਜੀ, ਕਲਚ ਹੀਟ ਨਾ ਹੋਵੇ, ਕਲਚ ਹੀਟ ਨਾ ਹੋਵੇ, ਇੱਥੋਂ ਦੀ ਥਾਂ ਦਿੱਤਾ ਹੋਇਆ ਵਾ, ਇੰਪੈਲਰ ਪੱਖਾ ਬਣਿਆ ਹੋਇਆ ਵਿੱਚ ਜੀ ਜੀ ਜੀ। ਦੇਖੋ ਕੰਮ ਤਾਂ ਫਿਰ ਕਰੜੇ ਆ, ਰੋਇਲ ਸਟ੍ਰਾਈਕ ਕਾਰਾਂ ਤਾਂ ਹੈ, ਮੈਂ ਕਹਿੰਦਾ ਹਰੇਕ ਦੇ ਵੱਸ ਦਾ ਰੋਗ ਨਹੀਂ। ਆ ਹੁਣ ਗਾਡਰ ਕਿੰਨਾ ਵਧੀਆ ਲੱਗਾ ਹੋਇਆ, ਭਾਵੇਂ ਤੁਸੀਂ 10 ਟਰੈਕਟਰ ਇਹਦੇ ਮੋਹਰੇ ਪਾ ਕੇ ਖਿੱਚੀ ਚੱਲੋ ਜੀ, ਤੇ ਇਹ ਟਰੈਕਟਰ ਨੂੰ ਕੋਈ ਅੱਡ ਨਹੀਂ ਕਰ ਸਕਦਾ, ਅੱਡ ਨਹੀਂ ਕਰ ਸਕਦਾ। ਗੱਲ ਉਹ ਆ ਗਈ ਵੀ ਇੱਕ ਪਾਸੇ 30 ਹਾਥੀ ਤੇ ਇੱਕ ਪਾਸੇ ਵੇਲ ਮੱਛੀ, ਵੇਲ ਮੱਛੀ, ਉਹ ਟਰੈਕਟਰ ਆ ਇਹ। ਆ ਦੇਖੋ ਗ੍ਰਿਲਾ, ਆ ਦੇਖੋ ਹੁੱਕ, ਹਰ ਚੀਜ਼ ਅਮੇਜ਼ਿੰਗ ਆ ਜੀ 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 ਜੀ, ਬਹੁਤ ਬਿਹਤਰੀਨ ਆ। ਤੇ 1984 ਮਾਡਲ ਦੱਸਿਆ ਸੀ ਨਾ ਤੁਸੀਂ ਇਹ ਜੀ, ਤੇ ਬਹੁਤ ਸੋਹਣੀ ਕਲੈਕਸ਼ਨ ਆ ਸਰ ਹੋਣਾ ਕੋਲੇ, ਸਮੇਂ ਸਮੇਂ ਤੇ ਤੁਹਾਨੂੰ ਵਿਖਾਉਂਦੇ ਰਹਾਂਗੇ ਤੇ ਹੋਰ ਵੀ ਤੁਹਾਨੂੰ ਵੀਡੀਓਜ਼ ਵੇਖਣ ਨੂੰ ਮਿਲਣਗੀਆਂ। ਤੇ ਬਹੁਤ ਕਮਾਲ ਦਾ ਸਰ ਕੰਮ ਕੀਤਾ, ਸਲੂਟ ਕਰਦੇ ਹਾਂ ਤੁਹਾਡੀ ਵੀ, ਧੰਨਵਾਦ ਜੀ ਤੁਹਾਨੂੰ ਵੀ ਜਿਹੜੇ ਸਾਨੂੰ ਦਿਖਾ ਰਹੇ ਹੋ ਦਰਸ਼ਕਾਂ ਨੂੰ, ਤੁਹਾਡਿਆਂ ਨੂੰ ਜੀ। ਤੇ ਬਾਕੀ ਕਹਿੰਦੇ ਹੁੰਦੇ ਇਨਸਾਨ ਗਲਤੀਆਂ ਦਾ ਪੁਤਲਾ ਜੀ, ਕੋਈ ਗੱਲ ਮੇਰੇ ਕੋਲੋਂ ਵੱਧ ਘੱਟ ਕਹੀ ਗਈ ਹੋਵੇ, ਜਿਹੜੇ ਬਾਰੇ ਮੈਨੂੰ ਨਾ ਪਤਾ ਹੋਵੇ ਜੀ, ਤੇ ਉਹ ਦਰਸ਼ਕ ਕਮੈਂਟਾਂ 'ਚ ਦੱਸ ਸਕਦੇ ਆ, ਪਰ ਕ੍ਰਿਟਿਸਿਜ਼ ਨਾ ਕਰਨ ਕਿਉਂਕਿ ਉਹਨਾਂ ਫਿਰ ਹੌਸਲਾ ਬੰਦੇ ਦਾ ਟੁੱਟਦਾ ਆ ਬਾਈ।
ਮਤਲਬ ਦਰਸ਼ਕ ਸਾਡੇ ਸਿਆਣੇ ਇਸ ਕਿਸਮ ਦੀ ਨਹੀਂ ਗੱਲ ਕਰਨਗੇ, ਪਰ ਕਈ ਵਾਰੀ ਹੋ ਜਾਂਦਾ, ਕਈ ਨੌਲੇਜ ਮੇਰੇ ਵੀ ਦਿਮਾਗ ਚੋਂ ਕਈ ਵਾਰੀ ਗੱਲ ਨਿਕਲ ਜਾਂਦੀ ਆ, ਸਰ ਤੋਂ ਵੀ ਹੋ ਸਕਦਾ ਹੈ ਨਾ, ਅਤੇ ਇੱਕ ਸਲੂਟ ਬਣਦਾ ਜੀ ਤੁਹਾਡੇ ਜੋ ਆਪਣੇ ਵੀਰ ਭਰਾ ਨੂੰ ਸੇਵਾ ਸੰਭਾਲ ਸੇਵਾ ਸੰਭਾਲ ਕਰਦੇ ਜੀ, ਉਹਨਾਂ ਨੂੰ ਤਾਂ ਦੋ ਹੱਥ ਜੋੜ ਕੇ ਨਮਨ ਹੈ ਜੀ, ਵਾਕਈ ਬਿਲਕੁਲ ਉਹਨਾਂ ਦੀ ਵੱਡੀ ਸੇਵਾ, ਮੈਂ ਦੇਖਿਆ ਵੀ ਬਹੁਤ ਸੰਭਾਲ ਕਰੇ ਜਦ ਪੂਰਾ ਇਹ ਵੀ ਖਿੜੇ ਮੱਥੇ ਜੀ। ਮੈਂ ਤਾਂ ਹੁਣ ਸਾਲ ਦੇ ਵਿੱਚ ਦੋ ਜਾਂ ਤਿੰਨ ਗੇੜੇ ਲੱਗਦੇ ਆ, ਮਹੀਨਾ ਦੋ ਮਹੀਨੇ, ਪਰ ਉਹ ਮੋਸਟਲੀ ਤਾਂ ਉਹੀ ਬੰਦੇ ਮਗਰੋਂ ਸਾਰੇ ਸਾਂਭਦੇ ਆ ਜੀ। ਜੀ ਜੀ ਹਾਂਜੀ ਹਾਂਜੀ, ਅਤੇ ਬਿਹਤਰੀਨ ਗੱਲਬਾਤ ਸੀ ਸਰ, ਧੰਨਵਾਦ ਤੁਹਾਡਾ, ਤੁਸੀਂ ਸਮ ਨੂੰ ਸਮਾਂ ਦਿੱਤਾ, ਮਿਹਰਬਾਨੀ ਤੁਹਾਡਾ ਜੀ। ਜੀ ਆਇਆਂ ਨੂੰ, ਦਰਸ਼ਕੋ ਮਿਲਦੇ ਹਾਂ ਅਗਲੀ ਵਾਰੀ ਫਿਰ ਕੋਈ ਨਵਾਂ ਵਿਸ਼ਾ ਲੈ ਕੇ, ਮਿਹਰਬਾਨੀ, ਧੰਨਵਾਦ, ਥੈਂਕ ਯੂ ਜੀ।